ਲਓ ਵੀ ਆਪਾਂ ਆ ਗਏ ਯੂਨੀਵਰਸਿਟੀ ਹੁਣ, ਅਤੇ ਕਿਹੜਾ ਚੱਲਦੇ ਹਾਂ ਲਾ ਲਾ ਕੇ, ਅਤੇ ਗੱਡੀ ਆਪਾਂ ਲਾ ਦੀ ਪਾਰਕਿੰਗ 'ਚ, ਅਤੇ ਵੀ ਇਹ ਵੀ ਪਾਰਕਿੰਗ ਲਾ ਦੀ ਆਪਾਂ, ਅਤੇ ਕੋਈ ਚੱਕਰ ਨਹੀਂ ਵੇਖੀ ਜਾਊ, ਅਤੇ ਹੁਣ ਚੱਲਦੇ ਹਾਂ ਕਿਹੜਾ ਕਲਾਸ 'ਚ ਲਓ ਵੀ। ਮਤਲਬ ਅੱਜ ਵੀ ਕਹਿੰਦੇ ਪਿਛਲੇ ਵੀਰਵਾਰ ਵਾਂਗੂ ਜਿਹੜਾ ਮੇਲਾ ਲੱਗਾ ਵਾ ਇੱਥੇ ਸਾਰੇ, ਅਤੇ ਹਰੇਕ ਵੀਰਵਾਰ ਇੱਥੇ ਐਕਟੀਵਿਟੀ ਹੁੰਦੀ ਮਤਲਬ, ਅਤੇ ਅੱਜ ਵੀ ਹੋਊਗੀ, ਅਤੇ ਬਾਕੀ ਕਲਾਸ ਕਲੂਸ ਲਾ ਲਈ ਹੁਣ ਆਪਾਂ, ਅਤੇ ਚੱਲਦੇ ਹਾਂ ਬਸ ਘਰ, ਅਤੇ ਬਾਕੀ ਵਿਹਣੇ ਹਾਂ ਹੁਣ, ਕੱਲ੍ਹ ਨੂੰ ਫਿਰ ਜਾਣਾ ਕੰਮ 'ਤੇ, ਇੱਥੇ ਤਾਂ ਹੁਣ ਮਾੜਾ ਕੰਮ ਹੀ ਰਹੀ ਜਾਈ ਯਾਰ, ਬਲੋਗ ਬਲੂਗ ਵਿਹਣੇ ਕੋਈ ਨਹੀਂ, ਬਲੋਗ ਮਤਲਬ ਹੁਣ ਕਹਿੰਦਾ ਬੋਲ ਗਿਆ ਤੇਲੇ ਵਿੱਚ, ਅਤੇ ਭਰ ਕੇ ਫਿਰ ਆਪਾਂ ਚੱਲਦੇ ਹਾਂ। ਲਓ ਵੀ ਹੁਣ ਯਾਰ ਆਪਾਂ, ਮੇਰਾ ਲੱਗਦਾ ਆਏ ਸੀ ਆਪਾਂ ਇੱਧਰ, ਮੈਂ ਗੱਡੀ ਵੀ ਧਵਾ ਲਈ ਉੱਧਰੋਂ, ਅਤੇ ਹੁਣ ਕਿਹੜਾ ਟਿਕਟ ਪਰਚੀ ਕਟਾ ਲਈ ਆਪਾਂ, ਅਤੇ ਕਿਹੜਾ ਚੱਲਦੇ ਹਾਂ ਹੁਣ ਧਵਾ ਕੇ, ਅਤੇ ਬਾਕੀ ਯਾਰ ਅੰਦਰੋਂ ਰਹਿੰਦੀ ਹੈ ਜੇ ਅੰਦਰੋਂ ਵੈਕਿਊਮ ਕਰਾਉਣੀ ਹੈ, ਅਤੇ ਅੰਦਰੋਂ ਵਾਹ ਲਿਬੜੀ ਅੰਦਰ, ਮੈਂ ਚੱਲ ਫੇਰ ਕਰ ਲਵਾਂਗੇ ਗਰਮ ਬਾਹਰੋਂ ਕਰਾ ਲਈਏ ਸਾਫ਼, ਅਤੇ ਬਾਕੀ ਬਕਰਾ ਕੇ ਸਾਫ਼, ਅਤੇ ਫਿਰ ਆਪਾਂ ਚੱਲਦੇ ਹਾਂ। ਚੱਲੋ ਵੀ ਮਤਲਬ ਫਿਰ ਲਾ ਕੇ ਧੋਣ। Several days later. ਲਓ ਵੀ ਮਤਲਬ ਮੁੰਡਾ ਕਹਿੰਦੇ ਕਰੀ ਜਾਂਦਾ ਸਟੰਟ, ਅਤੇ ਯਾਰ ਹੁਣ ਅੱਜ ਲੱਗੇ ਡਿਲੀਵਰੀਆਂ ਕਰਨ, ਅਤੇ ਗੱਡੀ ਆਪਾਂ ਭਰ ਲਈ ਸੀ ਤੜਕੇ ਤੜਕੇ, ਇਹਦਾ ਆਪਣਾ ਸਮਾਨ, ਅਤੇ ਆਹ ਕਰਨੇ ਆਪਾਂ ਪਾਰਸਲ ਡਿਲੀਵਰ, ਅਤੇ ਕਿਉਂਕਿ ਟਰੋਲੀ ਵਾਲਾ ਕੰਮ ਹੁਣ ਆਪਾਂ ਚੜ੍ਹਤਾ, ਅਤੇ ਥੋੜ੍ਹਾ ਜਿਹਾ ਆਪਾਂ ਕੰਮ ਬਦਲ ਲਿਆ ਹੁਣ, ਅਤੇ ਬਾਕੀ ਹੁਣ ਆਪਾਂ ਕਰਦੇ ਡਿਲੀਵਰੀਆਂ ਅੱਜ, ਅਤੇ ਤੜਕੇ ਤਾਂ ਲੱਗਾ ਮੈਂ ਅੱਜ ਥੋੜ੍ਹਾ ਜਿਹਾ, ਅਤੇ ਘੰਟਾ ਕੀ ਹੋਇਆ ਹਜੇ ਤੜਕੇ, ਮਤਲਬ ਪਿਕਅਪ ਕਰਨ ਮੈਂ ਗਿਆ ਸੀ 5 ਵਜੇ ਸੁਬਹਾ, ਅਤੇ ਹੁਣ ਡਿਲੀਵਰੀਆਂ ਕਰੀ ਜਾਂਦੇ ਹਾਂ, ਬਸ ਵਿਹਣੇ ਅੱਜ ਕਿੰਨੇ ਵਜੇ ਤੱਕ ਕਰਦੇ ਹਾਂ, ਅਤੇ ਆਪਣੇ ਕੋਲ ਮੰਨ ਲਓ 66 ਸੀਗੇ ਅੱਜ ਪਾਰਸਲ ਸਾਰੇ, ਅਤੇ ਕਰਨੇ ਵਿਹਣੇ ਅੱਜ ਕਿੰਨੇ ਹੁੰਦੇ, ਕਿਉਂਕਿ ਅੱਜ ਅਜੇ ਪਹਿਲਾਂ ਦੇਣੀ ਆ, ਅਤੇ ਉਹ ਤੋਂ ਪਹਿਲਾਂ ਤਾਂ, ਅਤੇ ਹੁਣ ਕਿਹੜਾ ਆਪਾਂ ਚੱਲਦੇ ਹਾਂ ਅਗਲੀ ਡਿਲੀਵਰੀ 'ਤੇ, ਅਤੇ ਕਿਹੜਾ ਕਰਕੇ, ਅਤੇ ਫਿਰ ਅੱਜ ਰਾਤ ਨੂੰ ਉਬਰ ਵੀ ਕਰਾਂਗੇ, ਬਾਕੀ ਉਬਰ ਈਟਸ ਉਹ ਵੀ ਡਿਲੀਵਰੀ ਵਾਲਾ ਹੀ ਹੁੰਦਾ, ਅਤੇ ਉਹ ਵੀ ਤੁਹਾਨੂੰ ਦੱਸ ਦਾਂਗੇ ਕਿਵੇਂ, ਅਤੇ ਕਿਹੜਾ ਹੁਣ ਆਪਾਂ ਕਰਦੇ ਗਏ ਅੱਜ, ਅਤੇ ਆ ਨਿੱਕੀ ਜਿਹੀ ਪਾਰਸਲ ਜੀ ਡਿਲੀਵਰੀ ਕਰਨੀ ਆਪਾਂ ਇਹਨਾਂ ਦੀ, ਅਤੇ ਆਪਾਂ ਇੱਥੇ ਰੱਖ ਕੇ ਕਿਹੜਾ ਫੋਟੋ ਪਾ ਕੇ, ਅਤੇ ਚੱਲਦੇ ਹਾਂ। 1 million zillion jillion dillion cotillion times later. ਤੇ ਲਓ ਵੀ ਡਿਲੀਵਰੀਆਂ ਤਾਂ ਆਪਾਂ ਹੋ ਗਈਆਂ ਸਾਰੀਆਂ ਖਤਮ, ਅਤੇ ਹੁਣ ਕਿਹੜਾ ਚੱਲਿਆ ਆਪਾਂ ਤੇਲ ਪਾਉਣ ਗੱਡੀ 'ਚ, ਕਿਉਂਕਿ ਤੇਲ ਖਤਮ ਹੋ ਗਿਆ, ਅਤੇ ਜੋ ਕਰਨਾ ਹਟ ਗਈ, ਅਤੇ ਹੁਣ ਕਿਹੜਾ ਚੱਲ ਗਏ, ਅਤੇ ਮਹੀਨੇ 'ਚ ਮਿਲਣਾ ਤਾਂ ਅੱਜ 34 ਟੈਂਕੀ ਹੋ ਜੂ ਇਹਦੀ, ਅਤੇ ਹਜੇ ਮਹੀਨਾ ਹੋਇਆ ਨਹੀਂ ਇਹਨੂੰ ਲਈ ਨੂੰ, ਅਤੇ 34 ਟੈਂਕੀ ਅੱਜ, ਅਤੇ ਕੋਈ ਨਹੀਂ ਚੱਲਦੇ ਹੁਣ ਘਰਾਂ ਦੀ। ਲਓ ਵੀ ਮਤਲਬ ਟੈਂਕੀ ਭਰ ਗਈ ਆ, ਅਤੇ 70-70 'ਚ ਭਰ ਗਈ ਆ ਫੋਟੋ ਵੀ, ਹੁਣ ਵੇਖਣੇ ਆ ਕਿੰਨੇ ਦਿਨ ਕੱਢਦੀ ਹੈ ਫਿਰ ਅੱਜ, ਅਤੇ ਬਾਕੀ ਕਿਉਂਕਿ ਉਬਰ ਉਬਰ ਕਰੀਦੀ ਹੈ ਡਿਲੀਵਰੀਆਂ, ਅਤੇ ਤੇਲ ਤਾਂ ਫਿਰ ਲੱਗ ਹੀ ਜਾਂਦਾ, ਅਤੇ ਕੋਈ ਚੱਕਰ ਨਹੀਂ, ਅਤੇ ਹੁਣ ਅੱਜ ਵੇਹਣੇ ਆ ਫਿਰ ਉਬਰ ਕਰਦੇ ਹਾਂ ਰਾਤ ਤੱਕ, ਅਤੇ ਫਿਰ ਚੱਲਦੇ ਹਾਂ। ਆਪਾਂ ਫਟ ਸ਼ਟ, ਅਤੇ ਜਿੱਥੇ ਪੈਟਰੋਲੀਆਂ ਦਾ ਕੰਮ ਕਰਦੇ ਹੁੰਦੇ ਸੀਗੇ, ਅਤੇ ਇੱਕ ਥੋੜ੍ਹਾ ਸਮਾਨ ਜਿਹਾ ਲੈ ਕੇ ਜਾਣਾ ਸੀ ਗ੍ਰੋਸਰੀ ਵਗੈਰਾ, ਅਤੇ ਹੁਣ ਆਪਾਂ ਲੈ ਕੇ ਦੇਖਿਆ ਇੱਕ ਆਰਡਰ ਵੀ ਆਇਆ ਉਬਰ ਉਬਰ ਦਾ ਫਟ ਸ਼ਟ 'ਚ, ਅਤੇ ਹੁਣ ਉਹ ਵੀ ਜਾ ਕੇ ਚੱਕਣਾ, ਕਿਹੜਾ ਸਮਾਨ ਰੱਖ ਗਿਆ ਆਪਾਂ ਗੱਡੀ 'ਚ, ਅਤੇ ਜਾ ਕੇ ਚੱਕ ਕੇ ਅਤੇ ਫਿਰ ਉਹ ਡਿਲੀਵਰ ਕਰਦੇ ਹਾਂ। A few moments later. ਲਓ ਵੀ ਇੰਡੀਆ 'ਚ ਤਾਂ ਵੇਖਿਆ ਸੀ ਗੱਡੀਆਂ ਫੁੱਕਦੀਆਂ, ਅੱਜ ਇੱਥੇ ਵੀ ਫੁੱਕ ਗਈ ਕਹਿੰਦੇ, ਅਤੇ ਇੱਥੇ ਰੇਤਾ ਸੀ ਭੈਣ 'ਚ, ਗੱਡੀ ਪਾਰਕ ਕੀਤੀ ਸੀ, ਪਾਰਸਲ ਫੜਾਉਣ ਆਏ ਸੀ ਇੱਥੇ, ਅਤੇ ਰਹਿ ਗਈ ਹੁਣ ਇੱਥੇ ਵਿਹਣੇ ਨੂੰ ਕੱਢਦੇ ਹਾਂ ਕਿਵੇਂ ਕਰਦੇ ਕੋਈ ਫਲੇ ਦਾ। ਚੱਲੋ ਵੀ ਫਾਈਨਲੀ ਇੱਕ ਵਜੇ ਕਢਾ ਆਪਾਂ ਵੇਖ ਕੇ, ਕਹਿੰਦਾ ਕੋਈ ਨਹੀਂ ਕਢਾ ਦਿੰਦੇ ਹਾਂ, ਅਤੇ ਜੈਕ ਜੁੱਕ ਲਾ ਕੇ ਵਿਹਣੇ ਹੁਣ, ਅਤੇ ਕਿਹੜਾ ਕੱਢਦੇ ਹਾਂ, ਬਾਕੀ ਇੱਥੇ ਹੋਰ ਤਾਂ ਕੋਈ ਪੁੱਛਦਾ ਨਹੀਂ, ਘਰ ਨਹੀਂ ਆਉਂਦੇ ਕਿਉਂਕਿ ਪਿੰਡ ਹੁੰਦੇ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਇੱਥੇ ਤਾਂ,
ਪਰ ਇੱਥੇ ਨਹੀਂ ਕੋਈ ਬਾਹਰ ਆਉਂਦਾ ਅਤੇ ਜਿਹਨਾਂ ਦਾ ਡਿਲੀਵਰੀ ਕਰਨਾ ਸੀ ਉਹਨਾਂ ਨੇ ਅਤੇ ਚੱਲ ਕੋਈ ਨਹੀਂ ਕੱਢ ਕੇ ਦੇਖ ਕੇ ਚੱਲਦੇ ਹਾਂ ਫਿਰ ਆਪਾਂ ਅੱਧੇ ਅੱਧੇ ਕਰੀਦੇ ਪਾਰਸਲ ਕਰਨ ਵਾਲੇ ਅਤੇ ਸ਼ਾਮ ਤੱਕ ਹੋ ਜਾਣਗੇ ਲਓ ਵੀ ਮਿੱਤਰੋ ਆਪਾਂ ਆ ਕੇ ਘਰ ਨੂੰ ਹੁਣ ਸ਼ਿਫਟ ਲਾ ਕੇ ਅਤੇ ਗੋਰਾ ਕਹਿੰਦੇ ਸ਼ਾਮ ਵੀ ਰਾਣੀ ਕਰੀ ਜਾਂਦਾ ਅਤੇ ਆਪਾਂ ਹੁਣ ਸ਼ਿਫਟ ਲਾ ਕੇ ਜਾ ਕੇ ਸੌਂਦੇ ਹਾਂ ਕੱਲ੍ਹ ਨੂੰ ਵੇਹਣੇ ਹਾਂ ਮੂਡੀ ਮਸਤੀ ਕਹਿੰਦੇ ਵੀ ਸ਼ਿਫਟ ਲਾਉਣੇ ਕਲਾਸ ਤਾਂ ਹੈਗੀ ਵੇਰੇ ਅਤੇ ਸੁਬਾਹ ਦੁਕਾਨ ਜੀ ਤਾਂ ਸੁਬਾਹ ਜਾਇਆ ਹੁਣ ਕਹਿੰਦੇ ਕਲਾਸ ਕਰੂਗੀ ਆਪਣੀ ਕਹਿੰਦਾ ਵੀਰੇ ਸ਼ਾਮ ਨੂੰ ਅਤੇ ਵੇਹਣੇ ਅਸੀਂ ਬਣਦਾ ਕੱਲ੍ਹ ਨੂੰ ਫੇਰ ਹੁਣ ਜਾ ਕੇ ਸੌਂਦੇ ਹਾਂ ਜੀ ਨੈਕਸਟ ਜਿਹੜੇ ਵੀ ਮੇਰੇ ਇੱਧਰ ਕਰਦੇ ਆ ਜਿਹੜੇ ਵੀ ਮੇਰੇ ਵੀਰ ਇੰਡੀਆ ਤੋਂ ਆ ਰਹੇ ਆ ਆ ਜਾਓ ਕੰਮ ਉੱਥੇ ਉਹ ਮੁੰਡਾ ਕਰਦਾ ਕਾਰ ਵਾਸ਼ ਉਹ ਕਾਰ ਵਾਸ਼ ਕਰਦਾ ਉਹ ਬੱਕਰੇ ਵੜਦਾ ਕੁੜੀਆਂ ਨਾਲ ਚੈਟ ਕਰੀ ਜਾਂਦਾ ਆ ਤਾਂ ਮੇਰੇ ਨਾਲ ਹੀ ਪਾਰਸਲ ਕਰਦਾ ਹੁਣ ਖੱਬੀ ਅੱਖਾਂ ਲੁੱਚੀ ਜੀ ਲੱਗ ਗਈ ਹੁਣ ਠੀਕ ਹੈ ਬੰਦਾ ਆਹ ਮੇਰੀ ਗੱਲ ਵੜਦਾ ਰਹਿੰਦਾ ਤੇ ਤੂੰ ਮੇਰਾ ਸਰੀਰ ਆ ਏਅਰਪੋਰਟ ਦਾ ਬਾਲ ਵੜਦਾ ਬਾਲ ਵੜਦਾ ਜਦੋਂ ਪੂਰ ਕੇ ਬਾਲ ਕੱਟ ਲਾਉਂਦਾ ਤੂੰ ਤਾਂ ਵੜਦਾ ਹੀ ਆ ਉਹ ਸੁਣ ਮੇਰਾ ਹੋਰ ਕੋਈ ਸੁਨੇਹਾ ਇੰਡੀਆ ਵਾਲਿਆਂ ਨੂੰ ਜੀ ਨੇ ਆਉਣਾ ਠੀਕ ਹੈ ਵੀਡੀਓ ਸੇਵ ਕਰਕੇ ਰੱਖੀ ਜਾਂਦਾ ਹੁੰਦੀਆਂ ਲੈ ਵੀ ਮੁੰਡਾ ਕਹਿੰਦੇ ਪੜ੍ਹਾਉਣ ਲੱਗਾ ਅਤੇ ਮਾਸਟਰ ਵਿਹਲਾ ਕਰਤਾ ਠੀਕ ਆ ਕੀ ਦੇਖਣ ਲੱਗਾ ਬਈ ਸਮਝਾ ਦੇ ਕੀ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਇਹਦੇ ਬਾਰੇ ਉੱਚੀ ਬੋਲ ਬੜਾ ਯਾਰ ਬੜਦੇ ਆ ਉਹਨਾਂ ਨੂੰ ਡੀਫੋਰੈਸਟੇਸ਼ਨ ਬਾਈ ਆਸਟ੍ਰੇਲੀਆ ਇਜ਼ ਮੋਰ ਪ੍ਰੋਨ ਟੂ ਡੀਫੋਰੈਸਟੇਸ਼ਨ ਚਲ ਬੋਲ ਬਾਈ ਆਸਟ੍ਰੇਲੀਆ ਉਹ ਦੇਖੀ ਉਹ ਕੁੜੀ ਨਾਲ ਗੱਲ ਕਰੀ ਉਹ ਨਹੀਂ ਹੋਏ ਇਹ ਕੁਛ ਨਹੀਂ ਕਰਨਾ ਬਾਈ ਆਸਟ੍ਰੇਲੀਆ ਇਜ਼ ਅੱਗੇ ਲਿਖ ਉਹ ਦੱਸੋ ਯਾਰ ਸਾਡੇ ਮਾਸਟਰ ਸਾਹਿਬ ਆਏ ਅੱਜ ਸਪੈਲਿੰਗ ਗਲਤ ਨਾ ਲਿਖਦੀ ਭਰਾਵਾ ਆਹ ਮੁੰਡਾ ਸਾਰੀ ਰਾਤ ਦਿਹਾੜੀ ਲੱਗ ਗਿਆ ਅਤੇ ਹੁਣ ਨੀਂਦ ਆਈ ਜਾਂਦੀ ਹੈ ਹੈਨਾ ਹੁਣ ਨੀਂਦ ਆਉਂਦੀ ਹੈ ਮਾਸਟਰ ਮਾਸਟਰ ਸੋਚੀ ਜਾਂਦਾ ਕੀ ਪੜ੍ਹਾਵਾਂ ਇਹਨਾਂ ਨੂੰ ਮਾਸਟਰ ਬੈਠਾ ਕਿਸਮਤ ਦੇ ਸਾਰੀ ਠੀਕ ਹੈ ਬਈ ਹੋ ਗਿਆ ਮਾਸਟਰ ਜੀ ਤੁਸੀਂ ਅੱਜ ਦੋ ਹੀ ਲਿਖੇ ਉੱਧਰ ਵੇਖੋ ਤੁਹਾਡੇ ਨਾਲ ਉਹਨੇ ਤਾਂ ਚਾਰ ਪੰਜ ਲਿਖਤੇ ਅੱਗੇ ਨਾ ਹੈਗਾ ਉਹ ਵੀ ਆਹ ਲਿਖਾਈ ਜਾਂਦਾ ਤੈਨੂੰ ਅਤੇ ਲਓ ਵੀ ਅੱਜ ਮੈਂ ਇਹਨਾਂ ਦੀ ਕਲਾਸ ਆਇਆ ਕਲਾਸ ਵੈਸੇ ਮੇਰੀ ਨਹੀਂ
ਮੇਰੀ ਹੋਰ ਹੁੰਦੀ ਆ, ਮੇਰਾ ਟੈਸਟ ਸੀ ਅੱਜ, ਮੈਂ ਕਲਾਸ 'ਚ ਨਹੀਂ ਗਿਆ ਅਤੇ ਮੈਂ ਇਹਨਾਂ ਦੀ ਕਲਾਸ ਆ ਗਿਆ, ਮੈਂ ਕਿਹਾ ਚੱਲ ਵਿਹੜਾ ਕਿਵੇਂ ਪੜ੍ਹਦੇ ਸੀ, ਚੱਲ ਚੱਲ ਦੇਖ ਮੈਂ ਵੀ ਵੱਡੇ ਘਰੇ ਡਰਾਈਵ ਥਰੂ 'ਤੇ ਚੱਲੇ ਆ ਤੁਰ ਕੇ, ਗੱਡੀਆਂ ਉੱਧਰ ਲਾਈਆਂ ਪਈਆਂ, ਉਹ ਬਈ ਆਪਣੇ ਪਿੱਛੇ ਆਈ ਜਾਂਦਾ ਲੈ ਵੀ ਵੱਡੇ ਚੱਲੇ ਡਰਾਈਵ ਥਰੂ ਤੁਰ ਕੇ, ਉਹ ਸਾਰੇ ਆਏ ਉਹਨਾਂ ਨੇ ਦੇਣਾ ਨਹੀਂ ਉਹ ਅਗਲਾ, ਇਹ ਤਾਂ ਮੈਨੂੰ ਅਗਰ ਇੱਥੇ ਬੋਲੀ ਆ ਉਹ ਹੈਲੋ ਬੋਲ ਉਹਨੂੰ ਕਹਿ, ਉਹਨੂੰ ਕਹਿ ਹੈਲੋ ਬੋਲ, ਆਹ ਚੱਲੀ ਆਹ ਬੀਬੀ ਚੱਲੀ, ਆਹ ਕਰੋਗੀ ਆਰਡਰ ਇੱਕ ਜਿਹੀ ਆਹ ਵੇ ਓਏ ਗੱਡੀ ਲਾਓ ਚੱਲੇ ਆ ਜਿਹੜੀ ਮਰਜ਼ੀ ਲਾਓ ਵੀ, ਹੁਣ ਪਤਾ ਲੱਗ ਗਿਆ ਜੇ ਤੁਰ ਕੇ ਆਉਂਗੇ ਡਰਾਈਵ ਥਰੂ ਤੈਨੂੰ ਕੁਛ ਨਹੀਂ ਦੇਣਾ ਇਹਨਾਂ ਨੇ, ਗੱਡੀ ਲਾਉਣੀ ਪਊਗੀ ਨਹੀਂ ਉਹਦਾ ਮੂੰਹ ਦੇਖ ਕੇ ਨਹੀਂ ਇਹ ਬੋਲਿਆ ਨਹੀਂ, ਅੱਗੋਂ ਨੇ ਪੁੱਛ ਲੈਣਾ ਸੀ ਹਾਂਜੀ ਦੱਸੋ ਸਾਰੇ ਵਾਰੀ ਵਾਰੀ ਲੈ ਜਾ, ਬਾਕੀ ਉਹ ਵੀ ਕੱਢ ਲਿਆ ਜੇ ਗੱਡੀਆਂ ਬੀਬੀ ਕਰੀ ਜਾਂਦੀ ਸੀ ਆਰਡਰ, ਹੁਣ ਕਿਹੜਾ ਹੁਣ ਗੱਡੀ ਤੇ ਆ ਗਿਆ Okay, you firstly come by walk. Hello. ਅੱਜ ਮੈਂ ਤੇ ਅੰਗਰੇਜ਼ੀ ਚੈੱਕ ਕਰਦੇ ਆ ਕਿਵੇਂ ਆ ਬੋਲ, ਸੈਕਿੰਡ ਤਾਂ ਕਦੋਂ ਦਾ ਹੋ ਗਿਆ ਯਾਰ, ਜੇ ਤੂੰ ਬਰਗਰ ਕਰਾਉਣੇ ਨਾ ਤੂੰ ਉਹ ਕਰਾ ਆਪਣਾ ਬਲਗਦ, ਉਹ ਜੀ ਉੱਤੇ ਮਹਿੰਗੇ ਵਾਲੇ ਪੈ ਜਾਣਗੇ, ਉਹ ਬੀਬੀ ਖੜੀ ਹੈ ਇੱਥੇ ਇਹਦੇ 'ਚ ਬੋਲਦੀ ਆ ਉਹ, ਯਾਰ ਕੋਈ ਵੈਜੀ ਤਾਂ ਦੇਖਣੀ ਹੋਵੇ ਵੀਗਨ ਆ ਬਾਈ ਉਹ ਹੁਣ ਯਾਰ ਆਪਾਂ ਕਰਦੇ ਪਏ ਸੀ ਉਬਰ ਈਟ ਤੇ ਆਰਡਰ ਡਿੱਕੀ ਜਾਂਦੇ ਜੇ ਕੋਈ ਆ ਗਿਆ ਤਾਂ, ਤੇ ਬਾਕੀ ਆਹ ਵਲੋਗ ਯਾਰ ਮਹੀਨਾ ਤਾਂ ਹੋ ਗਿਆ ਮੈਨੂੰ ਤਾਂ, ਚੱਲ ਇੱਕ ਬਣਾਈ ਜਾਂਦੇ ਨੇ ਮੈਨੂੰ ਕਿਉਂਕਿ ਮੈਂ ਰੋਜ਼ ਨਹੀਂ ਬਣਾਉਂਦਾ ਅਤੇ ਮਤਲਬ ਕਿਤੇ ਕਦੇ ਹੀ ਬਣਾਉਣਾ ਮਤਲਬ ਕਈ ਦਿਨਾਂ 'ਚ, ਕਿਉਂਕਿ ਆਹ ਸਾਰਾ ਵਲੋਗ ਮੈਨੂੰ ਤਾਂ ਮਹੀਨੇ ਦਾ ਹੀ ਆ ਇੱਕ ਹਿਸਾਬ ਦਾ, ਕਿਉਂਕਿ ਥੋੜ੍ਹਾ ਥੋੜ੍ਹਾ ਬਣਾਈਦਾ ਇੱਥੇ ਅਜੇ, ਅਤੇ ਬਾਕੀ ਹੁਣ ਕਿੰਨਾ ਕੁ ਬਣ ਗਿਆ ਤਾਂ ਹੁਣ ਮੈਨੂੰ ਪਤਾ ਨਹੀਂ ਅਜੇ, ਨਾ ਹੀ ਮੈਂ ਵੇਖਿਆ, ਅਤੇ ਇਹ ਤਾਂ ਹੁਣ ਤੇਜੂ ਵੇਖੋ ਐਡਿਟ ਕਰਨ ਲੱਗਾ, ਅਤੇ ਜੇ ਤਾਂ ਵੈਸੇ ਤਾਂ ਇੱਕ 'ਚ ਆ ਜੂਗਾ ਉਹ ਥੋੜ੍ਹਾ ਹੀ ਬਣਾਇਆ ਥੋੜ੍ਹੇ ਕੁ ਮਿੰਟ 'ਤੇ ਬਣੂੰਗਾ, ਅਤੇ ਬਾਕੀ ਹੁਣ ਅਗਲੇ ਵਲੋਗ 'ਚ ਬਹਿਣੇ ਹਾਂ ਕੁਛ ਕਰਾਂਗੇ ਜਾਂ ਬੀਚ ਬੂਚ 'ਤੇ ਜਾਵਾਂਗੇ, ਅਤੇ ਆਹ ਵਲੋਗ ਗਿਆ ਇੱਥੋਂ ਤੱਕ ਹੀ,
ਤੇ ਬਾਕੀ ਹੁਣ ਅਗਲੇ ਵਲੌਗ 'ਚ ਮਿਲਦੇ ਹਾਂ।